ਸਨਮਾਨ ਯੋਗ ਸ਼ਬਦ ਗੁਰੂ ਦੀ ਗੋਦ ਵਿੱਚ ਬੈਠੇ ਸਤਸੰਗੀ ਜਨੋ, ਅੱਜ ਦਾ ਇਹ ਦਿਨ ਉਹ ਦਿਨ ਮਨਾਇਆ ਜਾ ਰਿਹਾ ਹੈ ਜਿਸ ਦਿਨ ਬਾਬਾ ਮੱਖਣ ਸ਼ਾਹ ਲਵਾਣਾ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਕਾਲੇ ਦੀ ਧਰਤੀ ਤੋਂ ਪ੍ਰਗਟ ਕੀਤਾ। ਮੈਂ ਸਿਰਫ ਤੁਹਾਡੀ ਤਵੱਜੋ ਦਵਾਉਣੀ ਹੈ, ਭਾਵਨਾ ਬਣਾ ਕੇ ਦਾਸਰਿਆਂ ਨਾਲ ਮਿਲ ਕੇ ਗਾਇਨ ਕਰੇ। ਅੰਤਰ ਆਤਮੇ ਇੱਕ ਤਸਵੀਰ ਬਣਾ ਕੇ ਆਪਾਂ ਸ਼ਬਦਾਂ ਦਾ ਗਾਇਨ ਕਰਾਂਗੇ। ਬਾਬਾ ਮੱਖਣ ਸ਼ਾਹ ਲਵਾਣਾ ਜੀ ਗੁਰੂ ਸਾਹਿਬ ਦੀ ਭਾਲ ਵਿੱਚ ਨਿਕਲੇ ਹਨ ਅਤੇ ਗੁਰਸਿੱਖਾਂ ਨੂੰ ਪੁੱਛਦੇ ਹਨ ਕਿ ਕਿੱਥੇ ਰਹਿੰਦੇ ਹਨ ਗੁਰੂ ਸਾਹਿਬ। ਲੱਭਦਿਆਂ ਲੱਭਦਿਆਂ ਬਕਾਲੇ ਪਹੁੰਚੇ ਹਨ, ਮੇਰਾ ਸਤਿਗੁਰੂ ਕਿਵੇਂ ਮਿਲੇਗਾ। ਗੁਰਸਿੱਖਾਂ ਨੂੰ ਆਪਣੀ ਵੇਦਨਾ ਦੱਸਦੇ ਹਨ ਅਤੇ ਫਿਰ ਅੰਤ ਵਿੱਚ ਜਦੋਂ ਉਹਨਾਂ ਨੂੰ ਗੁਰੂ ਮਿਲ ਜਾਂਦਾ ਹੈ ਤਾਂ ਆਖਦੇ ਹਨ ਕਿ ਗੁਰੂ ਲੱਭ ਹੋ ਰਹੇ। ਬਸ ਇਸ ਤਰ੍ਹਾਂ ਤੁਸੀਂ ਭਾਵਨਾ ਬਣਾ ਕੇ ਮੇਰੇ ਨਾਲ ਕੀਰਤਨ ਕਰਿਓ, ਆਪਣੇ ਆਪ ਤੁਹਾਨੂੰ ਇੰਝ ਲੱਗੇਗਾ ਤੁਸੀਂ ਬਾਬਾ ਮੱਖਣ ਸ਼ਾਹ ਲਵਾਣੇ ਦੇ ਕਾਫਲੇ ਨਾਲ ਚੱਲ ਰਹੇ ਹੋ। ਸਤਿਗੁਰਾਂ ਦੀ ਬਾਣੀ ਨੂੰ ਆਪਾਂ ਅੰਤਰਾਤਮੇ ਵਸਾ ਕੇ ਮਿਲ ਕੇ ਗਾਇਨ ਕਰੀਏ। ਹਵਾਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜਿਉ, ਹਾਇਆ ਦੂਰੋਂ ਚੱਲ ਕੇ, ਹਾਇਆ ਮੈਂ ਤੱਕੀ ਤੋ ਸ਼ਰਨਾਏ ਜਿਉ। ਮੈਂ ਤੱਕੀ ਤੋ ਸ਼ਰਨਾਏ ਜਿਉ, ਹਾਇਆ ਦੂਰੋਂ ਚੱਲ ਕੇ, ਹਾਇਆ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜਿਉ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜਿਉ, ਮੇਰਾ ਸਭ ਦੁੱਖ ਗਵਾਏ ਜਿਉ, ਮੇਰਾ ਸਭ ਦੁੱਖ ਗਵਾਏ ਜਿਉ, ਹਾਇਆ ਦੂਰੋਂ ਚੱਲ ਕੇ, ਹਾਇਆ ਮੈਂ ਤੱਕੀ ਤੋਂ ਸ਼ਰਨਾਏ ਜਿਉ, ਮੈਂ ਤੱਕੀ ਤੋ ਸ਼ਰਨਾਏ ਜਿਉ, ਆਇਆ ਦੂਰੋਂ ਚੱਲ ਕੇ, ਆਇਆ
ਜੋ ਦਿਸ ਗੁਰ ਸਿੱਖਣਾ ਇਸ ਨਿਵ ਨਿਵ ਲਾਗੋ ਪਾਏ ਜੀਉ ਜੋ ਦਿਸ ਗੁਰ ਸਿੱਖਣਾ ਇਸ ਨਿਵ ਨਿਵ ਲਾਗੋ ਆਕਾ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜਿਉ ਗੁਰ ਸੱਜਣ ਦੇਹ ਮਿਲਾਏ ਜਿਉ ਗੁਰ ਸੱਜਣ ਦੇਹ ਮਿਲਾਏ ਜਿਉ ਸੋਈ ਦਸ ਉਪਦੇਸਣਾ ਮੇਰਾ ਮਨ ਅਨਤ ਨ ਕਾਹੂ ਜਾਏ ਜਿਉ ਸੋਈ ਦਸ ਉਪਦੇਸਣਾ ਮੇਰਾ ਮਨ ਅਨਤ ਨ ਕਾਹੂ ਜਾਏ ਜਿਉ ਕੇ ਮਨ ਤੈ ਕੂ ਮੈਂ ਮਾਰਗ ਦੇਹ ਬਤਾਏ ਜਿਉ ਮੈਂ ਮਾਰਗ ਦੇਹ ਬਤਾਏ ਜਿਉ ਮੈਂ ਮਾਰਗ ਦੇਹ ਬਤਾਏ ਜਿਉ ਮੈਂ ਤੱਕ ਤੋ ਸ਼ਰਨਾਏ ਜਿਉ ਮੈਂ ਤੱਕ ਤੋ ਸ਼ਰਨਾਏ ਜਿਉ ਦੂਰੋਂ ਇਤ ਮਾਰਗ ਚੱਲੇ ਪਾਇਣੇ ਗੁਰ ਕਹੈ ਸੋ ਕਾਰ ਕਮਾਏ ਜਿਉ ਇਤ ਮਾਰਗ ਚੱਲੇ ਪਾਇਣੇ ਗੁਰ ਕਹੈ ਸੋ ਕਾਰ ਕਮਾਏ ਜਿਉ ਤਿਆਗ ਮਨ ਕੀ ਮਤੜੀ ਵਿਸਾਰੇ ਦੂਜਾ ਪਾਉ ਜਿਉ ਵਿਸਾਰੇ ਦੂਜਾ ਪਾਉ ਜਿਉ ਵਿਸਾਰੇ ਦੂਜਾ ਪਾਉ ਜਿਉ ਹਾਂ ਦੂਰੋਂ
ਇਉਂ ਪਾਵੇ ਹਰ ਦਰ ਸਾਵੜਾ ਨਾ ਲੱਗੇ ਤੱਤੀ ਵੋ ਜਿਉ ਇਉਂ ਪਾਵੇ ਹਰ ਦਰ ਸਾਵੜਾ ਨਾ ਲੱਗੇ ਤੱਤੀ ਸਭ ਹੁਕਮਾਂ ਜਿਉ ਮੈਂ ਕਹਿਆ ਸਭ ਹੁਕਮਾਂ ਜਿਉ ਮੈਂ ਕਹਿਆ ਸਭ ਹੁਕਮਾਂ ਜਿਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਅਪਸਾ ਜਿਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਅਪਸਾ ਮੈਂ ਬਹੁੜ ਨ ਤ੍ਰਿਸ਼ਨਾ ਭੁਖੜੀ ਔਰ ਰੱਜਾ ਤ੍ਰਿਪਤ ਗਾਏ ਜਿਉ ਮੈਂ ਬਹੁੜ ਨ ਤ੍ਰਿਸ਼ਨਾ ਭੁਖੜੀ ਔਰ ਰੱਜਾ ਤ੍ਰਿਪਤ ਗਾਏ ਜਿਉ ਜੋ ਗੁਰੂ ਦੂਰੋਂ ਚੱਲ